ਸ਼੍ਰੀ ਅਗਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਵਿਧਾਨ ਸਭਾ ਦੇ ਬਾਹਰ ਖੜ ਕੇ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਹੈ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਕੀਤਾ ਹੈ ਜਿਸ ਦੇ ਵਿੱਚ ਬਹੁਤ ਉਸਾਰੂ ਬਹਿਸ ਹੋਈ ਹੈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਵੀ ਮਤੇ ਦਾ ਸਮਰਥਨ ਕੀਤਾ ਹੈ ਸਿਰਫ ਤੇ ਸਿਰਫ ਦੁੱਖ ਦੀ ਗੱਲ ਇਹ ਹੈ ਕਿ ਭਾਜਪਾ ਦੇ ਅਸ਼ਵਨੀ ਕੁਮਾਰ ਨੇ ਇਸ ਬੰਦੇ ਦਾ ਵਿਰੋਧ ਕੀਤਾ ਤੇ ਆਪਣੀ ਆਦਤ ਦੇ ਮੁਤਾਬਕ ਕਿਉਂਕਿ ਉਸ ਨੂੰ ਪੰਜਾਬ ਦੇ ਨਾਲ ਕੋਈ ਲਗਾਓ ਨਹੀਂ ਹੈ ਉਹਨਾਂ ਨੇ ਕਿਹਾ ਜੀ ਉਹ ਵੀ ਪੰਜਾਬ ਦਾ ਹੀ ਪੀਂਦੇ ਨੇ ਪਾਣੀ ਤੇ ਅੰਨ ਵੀ ਪੰਜਾਬ ਦਾ ਖਾਂਦੇ ਨੇ ਹਵਾ ਵੀ ਪੰਜਾਬ ਦੀ ਵਿੱਚ ਸਾਹ ਲੈਂਦੇ ਨੇ ਪਰ ਪੰਜਾਬ ਦੇ ਹੱਕਾਂ ਉੱਪਰ ਜ਼ੀਰੋ ਡਾਕਾ ਵੱਜਦਾ ਏ ਜਦੋਂ ਡਾਕਾ ਵੱਜਦਾ ਉਦੋਂ ਸਾਥ ਨਹੀਂ ਦਿੰਦੇ ਉਹ ਆਪਣੀ ਗੱਲ ਕਹਿ ਕੇ ਚਲੇ ਗਏ ਇਥੋਂ ਭਾਜੀਪੀ ਦੀ ਮਾਨਸਿਕਤਾ ਸਮਝ ਆਉਂਦੀ ਆ ਨਾਲੇ ਤਾਂ ਕਹਿ ਰਹੇ ਨੇ ਕਿ ਪੰਜਾਬ ਰਾਜਸਥਾਨੀ ਬਣ ਜਾਵੇ ਚੰਡੀਗੜ੍ਹ ਨਾਲੇ ਕਹਿੰਦੇ ਸੀ ਕਿ ਕੋਈ ਵਿਰੋਧ ਨਹੀਂ ਕਾਨੂੰਨ ਨੂੰ ਆਪਣਾ ਪਤਾ ਆਪਨਾ ਹੀ ਨਹੀਂ ਪਤਾ ਲੱਗਦਾ ਤਾਂ ਉਹ ਪਠਾੜਕੋਟ ਦੀ ਭਾਸ਼ਾ ਨੂੰ ਬੋਲਣ ਜਾਂ ਨਾਗਪੁਰੀ ਭਾਸ਼ਾ ਨੂੰ ਬੋਲਣ ਨੂੰ ਨੇ ਕਿਹਾ ਜੀ ਸ਼ਰਮ ਸੰਮਤੀ ਦੇ ਨਾਲ ਮਤਾ ਪਾਸ ਹੋਇਆ ਹੈ ਪਰ ਹੁਣ ਅਸੀਂ ਤਗੜੇ ਹੋ ਕੇ ਪੰਜਾਬ ਦੇ ਹੱਕਾਂ ਦੇ ਲਈ ਸੈਂਟਰ ਸਰਕਾਰ ਦੇ ਕੋਲੇ ਜਾਵਾਂਗੇ ਪ੍ਰੈਜ਼ੀਡੈਂਟ ਸਾਹਿਬ ਦੇ ਕੋਲੇ ਵੀ ਟਾਈਮ ਲਵਾਂਗੇ ਹੋਮ ਮਿਨਿਸਟਰ ਸਾਹਿਬ ਦੋਵੇਂ ਟਾਈਮ ਲਵਾਂਗੇ ਤੇ ਪ੍ਰਧਾਨ ਮੰਤਰੀ ਕੋਲੋਂ ਵੀ ਟਾਈਮ ਲਵਾਂਗੇ ਜਿੱਥੇ ਵੀ ਜਾਣਾ ਪਿਆ ਜਾਵਾਂਗੇ ਪਰ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਵੱਜਣ ਦਵਾਂਗੇ ਧੰਨਵਾਦ